जसी जिहड़ा भखदा मसला पंजाब दे विच लोकां ने वीड़ा चुकिया कि पिंडां दे विचों शहरां दे विचों पंजाब दे विचों जिहड़ा अगे ते साडे ते करजे वाला कलंक लगदा सी ते एवें जिकरी साडे ते जिहड़ा पैर पसार रहा नशा पंजाब दे विच उहनूं रोकण वास्ते असीं पंजाब दी मीटिंग हुई साडी मीटिंग दे विच फैसला किया भारतीय किसान जन एकता सिद्धूपुर कल्ले ने नहीं नाल साडे जिहड़े संयुक्त किसान मोर्चा गैर राज अज असीं सारे पंजाब दे विच मंग पत्र दे रहे हां मंग पत्र असीं अज दो दे रहे हां एक तां पंजाब सरकार नाल संबंधित जिहड़ा हड़ पीड़तां दा नुकसान होया उहदे मुआवजे लई नाल जिहड़ा नशे दा मूवमेंटां चल रही पिंडां विच कमेटियां बढ़ रही मानसा दे विच साडा पक्का मोर्चा चल रहा है ਉਹ ਨੌਜਵਾਨਾਂ ਨੂੰ ਰਿਹਾ ਕਰਾਉਣ ਵਾਸਤੇ ਝੂਠੇ ਪਰਚੇ ਰੱਦ ਕਰਵਾਉਣ ਵਾਸਤੇ ਤੇ ਨਸ਼ੇ ਤੇ ਪੰਜਾਬ ਸਰਕਾਰ ਫੌਰੀ ਮੀਟਿੰਗ ਸੱਦੇ ਇੱਕ ਮਸਲਾ ਚੱਲਦਾ ਹੈ ਨਾਲ ਦੂਜਾ ਜਿਹੜਾ ਮਣੀਪੁਰ ਦੇ ਵਿੱਚ ਜਿਹੜਾ ਸਾਡੀਆਂ ਧੀਆਂ ਤੇ ਅਤਿਆਚਾਰ ਹੋਇਆ ਤੇ ਨਾਲ ਉਹਦੀ ਅੱਗ ਉੱਥੇ ਦੱਬੀ ਨਹੀਂ ਉਹ ਪਲੇਟ ਹਰਿਆਣੇ ਦੇ ਵਿੱਚ ਵੀ ਆ ਹਰਿਆਣੇ 'ਚ ਵੱਡੇ ਪੱਧਰ 'ਤੇ ਸਾਡਾ ਨੁਕਸਾਨ ਹੋ ਰਿਹਾ ਤਾਂ ਅਸੀਂ ਦੋ ਮੰਗ ਪੱਤਰ ਉਹ ਜਿਹੜਾ ਮੰਗ ਪੱਤਰ ਅਸੀਂ ਡੀਸੀ ਰਾਹੀਂ ਰਾਸ਼ਟਰਪਤੀ ਨੂੰ ਦੇਵਾਂਗੇ ਉਹਦੇ ਵਿੱਚ ਅੱਜ ਸਾਡਾ ਜਿਹੜਾ ਫੈਸਲਾ ਸਾਰੇ ਪੰਜਾਬ ਦੇ ਵਿੱਚ ਬਈ ਮਾਰਚ ਬਣਾ ਕੇ ਜਿਵੇਂ ਬਠਿੰਡਾ ਜ਼ਿਲ੍ਹੇ ਵਾਲੇ ਸਾਡੇ ਕਿਸਾਨ ਆਗੂ ਇਹ ਉੱਥੋਂ ਰੇਲਵੇ ਸਟੇਸ਼ਨ ਤੋਂ ਪਿੱਛੋਂ ਲੈ ਕੇ ਆਏ ਨੇ ਮਾਰਚ ਬਣਾ ਕੇ ਇੱਥੋਂ ਮਾਰਚ ਬਣਾ ਕੇ ਇਕੱਠੇ ਅਸੀਂ ਡੀਸੀ ਨੂੰ ਮੰਗ ਪੱਤਰ ਦੇਵਾਂਗੇ ਫੌਰੀ ਆਸ ਕਰਾਂਗੇ ਉਹਨਾਂ ਤੋਂ ਕਿ ਇਸ ਮੰਗ ਪੱਤਰ 'ਤੇ ਗੌਰ ਕਰਨ ਅਤੇ ਜਿਹੜੀਆਂ ਮੰਗਾਂ ਪਾਈਆਂ ਨੇ ਫੌਰੀ ਉਹ ਲਾਗੂ ਕਰਨ ਅਗਰ ਨਹੀਂ ਕਰਦੇ ਤਾਂ ਫਿਰ ਦੁਬਾਰਾ ਸਾਡੀ ਮੋਰਚੇ ਦੀ ਮੀਟਿੰਗ ਸੱਦ ਕੇ ਕੱਲ੍ਹ ਨੂੰ ਜਾਣੇ ਜਲੰਧਰ ਦੇ ਵਿੱਚ ਸਾਡੀ ਸਾਰੀਆਂ ਜਥੇਬੰਦੀਆਂ ਦੀ ਮੀਟਿੰਗ ਹੋ ਰਹੀ ਹੈ ਅੱਜ ਦੇ ਮੰਗ ਪੱਤਰ 'ਤੇ ਸਰਕਾਰ ਦਾ ਰਵੱਈਆ ਕਿਹੋ ਜਿਹਾ ਲੋਕਾਂ ਨੇ ਕਿੰਨਾ ਸਹਿਯੋਗ ਦਿੱਤਾ ਇਹ ਸਾਰੀਆਂ ਗੱਲਾਂ 'ਤੇ ਵਿਚਾਰ ਕੇ ਕੱਲ੍ਹ ਨੂੰ ਜਲੰਧਰ ਦੇ ਵਿੱਚ ਸਾਡੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜ ਦੀ ਮੀਟਿੰਗ ਹੈ ਉਹਦੇ ਵਿੱਚ ਇਹ ਵਿਚਾਰਾਂਗੇ ਅਤੇ ਮੈਂ ਆਸ ਕਰਦਾ ਸਰਕਾਰ ਤੋਂ ਕਿ ਲੋਕਾਂ ਨੂੰ ਬਹੁਤ ਵਾਰੀ ਪਰਖ ਕੇ ਤੁਸੀਂ ਵੇਖ ਲਿਆ ਬਹੁਤ ਵਾਰੀ ਲੋਕਾਂ ਨੂੰ ਬਦਨਾਮ ਕਰਕੇ ਵੇਖ ਲਿਆ ਇੱਕ ਅੱਧੀ ਉਦਾਹਰਨ ਤੋਂ ਸਿੱਖ ਲੈਣਾ ਚਾਹੀਦਾ ਹੈ ਜੇ ਅਸੀਂ 13 ਮਹੀਨੇ ਲੜ ਕੇ 800 ਕਿਸਾਨ ਸ਼ਹੀਦ ਕਰਾ ਲਿਆ ਜਿਹੜਾ ਇੱਕ ਵੀ ਆਵਾਜ਼ ਨਹੀਂ ਦਿੰਦਾ ਸੀ ਪ੍ਰਧਾਨ ਮੰਤਰੀ ਤੋਂ ਇੰਨੇ ਲੋਕ ਡਰਦੇ ਸੀ ਵੀ ਜੋ ਇਹਨੇ ਕਹਿਤਾ ਇਹ ਤਾਂ ਪਿੱਛੇ ਨਹੀਂ ਹਟਦਾ ਅਤੇ ਜੇ ਲੋਕ ਉਹ ਕਾਨੂੰਨ ਰੱਦ ਕਰਵਾ ਸਕਦੇ ਨੇ ਉਸੇ ਰਾਜ ਸਭਾ 'ਚ ਉਸੇ ਪਾਰਲੀਮੈਂਟ 'ਚ ਤਾਂ ਉਹੀ ਵਾਪਸ ਕਰ ਸਕਦੇ ਨੇ ਫਿਰ ਆਹ ਜਿਹੜੀਆਂ ਗੱਲਾਂ ਇਹ ਲੋਕ ਲੜਨ ਜਾਣਦੇ ਨੇ ਪੰਜਾਬ ਸਰਕਾਰ ਨਾ ਪਰਖੇ ਲੋਕਾਂ ਨੂੰ ਲੋਕਾਂ ਫੌਰੀ ਮੀਟਿੰਗ ਸੱਦੇ ਅਤੇ ਜਿਹੜਾ ਉਹਨੇ ਕਿਹਾ ਹਾਸੋਹੀਣੇ ਅਸੀਂ ਤਾਂ ਕਹਾਂਗੇ ਜਿਹੜੇ ਬਿਆਨ ਦਿੰਦਾ ਮੁੱਖ ਮੰਤਰੀ ਉਹਨੇ ਮੁਰਗੀਆਂ ਦਾ ਨਾਂ ਲੈ ਲਿਆ ਜਾਣੇ ਸਾਡਾ ਮਜ਼ਾਕ ਉਡਾਉਂਦਾ ਵੀ ਮੁਰਗੀਆਂ ਦੇ ਬੱਕਰੀਆਂ ਦੇ ਤਾਂ ਨਾਲ ਮੁੱਖ ਮੰਤਰੀ ਨੂੰ ਅਸੀਂ ਇਹ ਸਲਾਹ ਵੀ ਦਿੰਦੇ ਹਾਂ ਵੀ ਘੱਟੋ ਘੱਟ ਤੂੰ ਜਿਹੜੀ ਪਿਛਲੀਆਂ ਮੀਟਿੰਗਾਂ ਕਰਦਾ ਸਾਡੇ ਨਾਲ ਇਹ ਤਾਂ ਵਿਚਾਰ ਲੈ ਕਰ ਤੂੰ ਗਾਈਆਂ ਦਾ ਅੱਜ ਤੱਕ ਕੀ ਦਿੱਤਾ ਸਾਡੇ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਉਹਨਾਂ ਦਾ ਤੂੰ ਮੰਨਿਆ ਖੇਤੀ ਮੰਤਰੀ ਮੰਨਿਆ ਕਿ 30,000 ਰੁਪਇਆ ਅਸੀਂ ਇੱਕ ਪਸ਼ੂ ਦਾ ਦੇਵਾਂਗੇ ਪਰ ਅੱਜ ਤੱਕ ਕੁਛ ਨਹੀਂ ਦਿੱਤਾ ਚੈਣਾ ਵਾਰਸ ਨਾਲ ਝੋਨਾ ਮਰਿਆ ਉਹਦਾ ਕੁਛ ਨਹੀਂ ਦਿੱਤਾ ਨਰਮਾ ਲੋਕਾਂ ਨੇ ਵਾਹਿਆ ਨਰਮੇ ਦਾ ਤੂੰ ਕਿਹਾ ਮੈਨੂੰ ਪਤਾ ਹੈ ਜਿੰਨਾ ਖਰਚਾ ਆ ਗਿਆ ਅਸੀਂ ਦੇਵਾਂਗੇ ਅੱਜ ਤੱਕ ਨਹੀਂ ਦਿੱਤਾ ਜਣੇ ਕਣਕ ਮਰ ਗਈ ਕਣਕ ਦਾ ਕੁਛ ਨਹੀਂ ਦਿੱਤਾ ਇਵੇਂ ਜੇਕਰ ਗੱਲਾਂ ਬਾਤੀਂ ਐਵੇਂ ਐਸੇ ਹੜ੍ਹ ਪੀੜਤਾਂ ਦਾ ਜਿਹੜਾ ਨੁਕਸਾਨ ਹੋਇਆ ਬਿਆਨ ਨਾਲ ਲੋਕਾਂ ਨੂੰ ਲੜਨ ਤੋਂ ਠੰਡਾ ਕਰਨ ਦਾ ਬਿਆਨ ਹੈ ਦੇਣ ਨੂੰ ਕੁਛ ਨਹੀਂ ਇਸ ਕਰਕੇ ਅਸੀਂ ਦੀ ਜ਼ੋਰਦਾਰ ਨਿਖੇਧੀ ਵੀ ਕਰਦੇ ਹਾਂ ਪਰ ਲੋਕਾਂ ਨੂੰ ਅਮਲ 'ਚ ਵਿਖਾਵੇ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਅਮਲ 'ਚ ਠੀਕ ਹੈ ਵਿਰੋਧੀ ਪਾਰਟੀਆਂ ਲਿੰਦੀ ਜਾਣ ਉਹਨਾਂ ਦੇ ਕੁਛ ਵੀ ਕਹਿਣ ਪਰ ਸਰਕਾਰ ਦਾ ਹੁੰਦਾ ਮਸਲਾ ਮੌਕੇ 'ਤੇ ਕੰਮ ਕਰਕੇ ਦਿਖਾਉਣਾ ਅੰਕੜੇ ਇਕੱਠੇ ਕਰਕੇ ਨਹੀਂ ਦਿਖਾਉਣਾ ਵੱਡੇ ਵੱਡੇ ਅਸੀਂ ਅੱਗੇ ਦੇਖਦੇ ਹੁੰਦੇ ਇਹੀ ਬੋਲਦੇ ਹੁੰਦੇ ਜਾਂ ਫਲੈਸ ਜੀ ਅਕਾਲੀ ਦਲ ਦੀ ਲਾਈ ਪਈ ਆ ਕਾਂਗਰਸ ਦੀ ਲਾਈ ਪਈ ਆ ਫਲਾਨਾ ਦੀ ਲਾਈ ਪਈ ਆ ਬੀਜੇਪੀ ਦੀ ਲਾਈ ਹੈ ਅੱਜ ਤੁਸੀਂ ਕਿਸੇ ਵੀ ਮੌਲ 'ਚ ਜਾਓ ਕਿਸੇ ਵੀ ਕਿਤੇ ਮਾਰਕੀਟ 'ਚ ਖੜੋ ਕਿਸੇ ਬੱਸ 'ਤੇ ਖੜੋ ਅੱਜ ਭਗਵੰਤ ਮਾਨ ਦੀ ਹੈ ਅਤੇ ਭਾਈ ਜੇ ਪ੍ਰਚਾਰ ਨਾਲ ਹੀ ਵਧਣਾ ਫਿਰ ਇਹਦਾ ਮਤਲਬ ਤੁਸੀਂ ਸਿੱਖ ਲਿਆ ਵੀ ਜਿਹੜਾ ਲੋਕਾਂ ਨੂੰ ਪੈਸਾ ਦੇਣ ਦੀ ਕੋਈ ਲੋੜ ਨਹੀਂ ਆਹੀ ਜਿਹੜਾ ਰਾਹ ਹੈ ਸਾਡਾ ਉਹ ਰਾਹ ਤੁਸੀਂ ਬਣਾਇਆ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਜੇ ਵੱਡੀ ਗਿਣਤੀ ਤੁਹਾਨੂੰ ਉਹਨਾਂ ਤੋਂ ਅੱਕ ਕੇ 92 MLA ਬਣਾਏ ਆ ਨਾ ਅਤੇ ਫਿਰ ਉਹ ਤਾਂ ਸਮਾਂ ਇੰਨਾ ਲੰਘਾ ਕੇ ਸੋਥੋਂ ਸਮਾਂ ਇੰਨਾ ਪੂਰਾ ਨਹੀਂ ਹੋਣ ਦੇਣਾ ਲੋਕਾਂ ਨੇ ਲੋਕਾਂ ਦਾ ਰੋਹ ਹੈ ਜਿਹੜਾ ਉਹ ਦਿਸ ਰਿਹਾ ਨਾ ਅੱਜ ਲੋਕ ਆਪਦੇ ਕੰਮ ਧੰਦੇ ਛੱਡ ਕੇ ਸੜਕਾਂ 'ਤੇ ਆਏ ਆ
जे पंजाब दे विचों नशा नहीं रोकिया, जे पंजाब दे विचों तुसीं हड़ पीड़ितां दा होया नुकसान दा माजवा ना दिता तां फिर लोकां दा सामना करन लई तैयार रहे मुख्यमंत्री। बयानां नाल कुछ नहीं होना, लोक करके विखा लोकां नूं, ते नहीं फिर आउण कल दी मैं जिवें पहलां वी कहा कल नूं असीं इस सख्त एक्शन लवांगे। ते नाल दी नाल मैं जिहड़ा मानसा साडा मोर्चा चलदा, मानसा लगातार असीं दो तीन प्रोग्राम करे आए, 21 दा, 17 दा, ते आउण वाला साडा 14 तरीक दा। पुतले असीं फूकांगे इत्थे, असीं मुख्यमंत्री दा, पंजाब सरकार दा। दूजा जिहड़ा अपना मणिपुर दे विच जिहड़ी घटना होई, हरियाणे दे विच घटना होई है, उन्हां दे पुतले फूकांगे, क्योंकि उन्होंने जाण बुझ के जिहड़ा इत्थों ते कह देना मुख्यमंत्री ने कि सारे लोगों नूं मैं सुरक्षा नहीं दे सकता, तो लोग तो मानते हैं, भावें किसी ने वोट पाई है ना पाई है किसी पार्टी, जां लोग मानते हैं भी साडा मुख्यमंत्री, असीं अज्ज भगवंत मान नूं मानते हैं, भावें असीं वोट पाई है नहीं पाई, पर पंजाब दे लोग जे स्टेट टप जाण ते बाहरले सवाल करन उहनूं भी तुहाडे मुख्यमंत्री कौन आ, उह कहूगा साडा मुख्यमंत्री भगवंत मान है। लोग मन रहे तेरे, उहदे मन नूं नहीं लगता भी मैं सारिआं नूं सुरक्षा नहीं दे सकता। इस करके अज्ज असीं मंग पत्र देवांगे फौरी सरकार नूं, इहते अमल करे, अमल करके जिहड़े दोषी है उहनां ते कारवाई करे, नहीं अगर फिर जे सरकार पिछे ने, उह साडी तां कहावत है पंजाबीआं दी, असीं तां कह दिंदे आ गल दे विच भी दुध तां दिंदी आ बकरी पर मींगणा कोल, फिर जे इहनां ने देणा है उह फिर उह असीं आधार ने, इह दिल्ली नाल रुलदी है, ये देख ले पंजाब सरकार भी, फिर असीं प्रचार ना हटना है कि लोगों को कुट के दे। सुखमनजोत कौर है, अज इतने नशे के मुद्दे से असं सारे जने एकत्रित हुए हैं। वैसे तो साढ़े मेन तीन मुद्दे है, एक तो जिहड़ा हरियाणा हिंसा हुई है, मणिपुर वाली हिंसा, तो अपने पंजाब बढ़ रहे नशे बारे इतने सारे एकत्रित हुए। देखो ये जवानी लिए बहुत घातक है, ये नशा जिथे सारे पंजाब नू खा रहा है उत्थे नस्लां भी खत्म कर रहा है, चिट्टे नाल अपने सैल्स हुंदे जिहड़े वह मर जांदे है, जिहदे नाल अपनी जनरेशन है सारी दी सारी खत्म हो जाती है। देखो ये रोकण दा तां पता नहीं पर नशा वध जरूर है। हालात ही देख ही रहे, जो जाने चारे पास कई थावां ते सरिंजां डिग्गियां हुंदियां, कई थावां ते नौजवान पीढ़ी कदे इधर वज रही हुंदी कदे उधर वज रही हुंदी है, बहुत माड़े हालात है। हाँ जी, नशे कारण लुट्टा तो होने ही, पहला नौजवान अपने घर का समान बेच देंदे है, जदों खत्म हो जाता है फिर उन्होंने अपनी कह लो डोज कर, पूरी करन लई ओह फिर चोरियां लुट्टां खोहां इहो जिहीआं वारदातां नूं अंजाम दिंदे आ। सरकार नूं इही अपील है नशा रोकण, जे नशा रोकणगे पुलिस का भी सौखा होगा, लुट्टां खोहां खुद ब खुद घट जाणगियां, इहनां लोक भी सौखे रहणगे। देखो जी मणिपुर तो ये सरकारां दी खुद ही गलती है, मणिपुर च दो धिरां दी लड़ाई है, उस च सरकारां ने कुछ भी नहीं किया, वह सिर्फ खड़ के तमाशा देखदियां रहियां, इधरों तमाशा हो गया उधरों उन्होंने रिपोर्ट दे दी, उन्होंने कुछ भी नहीं किया आपदे वल्लों, कोई कोशिश कुछ भी नहीं किया। फिर जी पुलिस कहदे वास्ते जे हरेक नूं सुरक्षा ही नहीं दे सकते, फिर अपनी पुलिस नूं इन्ना इन्ना रुपये देंदे आ, ना देन हो।